ਸੁਖਪਾ ਸਿੰਘ ਜਿਹੜੇ ਲਗਾਤਾਰ ਹੀ ਉੱਥੇ ਰਹੇ ਆ ਤੇ ਜਿਹੜੀਆਂ 32 ਜਥੇਬੰਦੀਆਂ ਆਗੂ ਦੇ ਤੌਰ ਤੇ ਸੇਵਾ ਨਿਭਾ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਭਾਈ ਕਿਰਪਾ ਸਿੰਘ ਜਿੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵੀ ਜਾਂਦੇ ਰਹੇ ਆ ਤੇ ਸਾਰੇ ਹਾਲਾਤ ਤੋਂ ਉੱਥੋਂ ਦੇ ਜਾਣੂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਉਹ ਸਾਰੇ ਹਾਲਾਤ ਤੋਂ 5-4 ਮਿੰਟ ਦੇ ਵਿੱਚ ਸੰਗਤ ਨੂੰ ਜਾਣੂ ਕਰਾ ਦੇਣ ਬਾਅਦ ਦੇ ਵਿੱਚ ਮੈਂ ਸੰਗਤਾਂ ਨਾਲ ਫਤਿਹ ਸਾਂਝੀ ਕਰਾਂਗਾ ਭਾਈ ਕਿਰਪਾ ਸਿੰਘ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਬੋਲੇ ਸੋ ਨਿਹਾਲ ਕਿਰਪਾ ਸਿੰਘ IPD ਕਿਸਾਨ ਬਚਾਓ ਮੋਰਚਾ ਪੰਜਾਬ ਪ੍ਰਧਾਨ ਜੋ ਆਪ ਸਭ ਨੂੰ ਪਤਾ ਕਿ ਜਿਹੜਾ ਕਿਸਾਨੀ ਅੰਦੋਲਨ ਆਪਾਂ ਪਿਛਲੇ ਲਗਭਗ 2 ਮਹੀਨੇ ਤੋਂ ਦਿੱਲੀ ਦੀਆਂ ਤਲੀਜਾਂ ਦੇ ਉੱਤੇ ਬੈਠੇ ਹਾਂ ਸਾਰੇ ਕਿਸਾਨ ਸਾਰੇ ਪੰਜਾਬ ਦੇ ਲੋਕ ਚਾਹੇ ਕਿਸਾਨੀ ਨਾਲ ਜੁੜਿਆ ਜਾਂ ਕਿਸੇ ਹੋਰ ਕਿੱਤੇ ਨਾਲ ਕੋਈ ਬਿਜ਼ਨਸਮੈਨ ਆ ਔਰ ਮੁਲਾਜ਼ਮ ਵੀ ਔਰ ਬੜੀ ਹੀ ਜਦੋ ਜਹਿਦ ਆਪਾਂ ਕੀਤੀ ਇਸ ਅੰਦੋਲਨ ਦੇ ਵਿੱਚ ਸਰਕਾਰ ਇਸ ਵਕਤ ਬਿਲਕੁਲ ਦਬਾਅ 'ਚ ਸੀ ਔਰ 26 ਜਨਵਰੀ ਨੂੰ ਜੋ ਆਪਣਾ ਟਰੈਕਟਰ ਮਾਰਚ ਕੱਢਿਆ ਗਿਆ ਉਸ ਦਿਨ ਸਾਡੇ ਹੀ ਨੌਜਵਾਨਾਂ ਵੱਲੋਂ ਥੋੜ੍ਹੀ ਜਿਹੀ ਕਟਾਈ ਹੋ ਗਈ ਕਿਤੇ ਪਰ ਅਸੀਂ ਫਿਰ ਉਸ ਨੂੰ ਕਵਰ ਕੀਤਾ ਔਰ ਅਸੀਂ ਸਿੰਘ ਸਾਹਿਬ ਜੀ ਹਰਾਂ ਨਾਲ ਇਹ ਵਿਚਾਰ ਵਟਾਂਦਰੇ ਕੀਤੇ ਔਰ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਜਿਹੜਾ ਸਰਕਾਰ ਨੂੰ ਵੈਸੇ ਤਾਂ ਸੰਗਤ ਉੱਥੇ ਬਹੁਤ ਬੈਠੀ ਕਿਸਾਨ ਵੀਰ ਉੱਥੇ ਬਹੁਤ ਬੈਠੇ ਆ ਲੱਖਾਂ ਦੀ ਗਿਣਤੀ ਵਿੱਚ ਪਰ ਸਰਕਾਰ ਨੂੰ ਇੰਝ ਲੱਗਾ ਜਿਹੜੇ 26 ਜਨਵਰੀ ਨੂੰ ਟਰੈਕਟਰ ਆਏ ਸੀ ਵਾਪਸ ਜਾਣ ਨਾਲ ਅਤੇ ਕੁਛ ਸਾਡੇ ਮੀਡੀਆ ਨੇ ਇਹੋ ਜਿਹੀਆਂ ਝੂਠੀਆਂ ਅਫਵਾਹਾਂ ਨੈਸ਼ਨਲ ਮੀਡੀਆ ਨੇ ਫੈਲਾਈਆਂ ਕਿ ਜਿਵੇਂ ਮੋਰਚੇ 'ਤੇ ਕੋਈ ਰਹਿ ਨਹੀਂ ਗਿਆ ਮੋਰਚਾ ਖਾਲੀ ਹੋ ਗਿਆ ਔਰ ਪਿੱਛੇ ਪੰਜਾਬ 'ਚ ਔਰ ਵਿਦੇਸ਼ਾਂ 'ਚ ਔਰ ਭਾਰਤ ਵਿੱਚ ਬੈਠੇ ਕਿਸਾਨਾਂ ਦੇ ਹਮਦਰਦੀਆਂ ਨੇ ਬਹੁਤ ਚਿੰਤਾ ਜਤਾਈ ਫਿਰ ਅਸੀਂ ਇੱਕ ਮੀਟਿੰਗ ਕਰਕੇ ਸਿੰਘ ਸਾਹਿਬ ਜੀ ਹਰਾਂ ਨਾਲ ਇਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਪੰਜਾਬ ਵਿੱਚ ਇੱਕ ਗੇੜਾ ਕੱਢ ਕੇ ਜਿਹੜਾ ਇਹ ਸਰਕਲ ਟੁੱਟਾ ਹੈ ਜਾਣ ਆਉਣ ਵਾਲਾ ਆਪਾਂ ਉਹ ਸਰਕਲ ਨੂੰ ਇੱਕ ਵਾਰੀ ਕਾਮਯਾਬ ਕਰੀਏ ਅਤੇ ਉਸ ਦੇ ਸੰਬੰਧ ਵਿੱਚ ਅਸੀਂ ਪੰਜਾਬ ਦੇ ਵਿੱਚ 2-3 ਦਿਨ ਲਾਏ ਔਰ ਉੱਥੋਂ ਹਜ਼ਾਰਾਂ ਹੀ ਨੌਜਵਾਨ ਸਾਡੇ ਨਾਲ ਜੁੜੇ ਔਰ ਸਾਰੇ ਸਾਡੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੇ ਜਿੰਨੇ ਵੀ ਅਹੁਦੇਦਾਰ ਨੇ ਸਾਹਿਬਾਨ ਉਹ ਵੀ ਪਹੁੰਚੇ ਨੇ ਔਰ ਇਸ ਵਕਤ ਅਸੀਂ ਦਿੱਲੀ ਵੱਲ ਕੂਚ ਕਰਨ ਜਾ ਰਹੇ ਹਾਂ ਔਰ ਸਾਡੇ ਨਾਲ ਸੋਮਵਾਰ ਦੀ ਗਿਣਤੀ ਵਿੱਚ ਕਾਰਾਂ ਪਿੱਛੇ ਵੀ ਨੇ ਔਰ ਅੱਗੇ ਵੀ ਜੁੜ ਰਹੀਆਂ ਨੇ ਅੱਗੇ ਵੀ ਸਾਡੇ ਸਿੰਘ ਖੜ੍ਹੇ ਹੋਏ ਆ ਸੋ ਮੈਂ ਇਹੋ ਅਪੀਲ ਕਰੂੰਗਾ ਸੰਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਔਰ ਭਾਰਤ ਦੇ ਕਿਸਾਨਾਂ ਨੂੰ ਕਿ ਇਸ ਵਕਤ ਸਾਨੂੰ ਡਟਣ ਦੀ ਲੋੜ ਆ ਠੀਕ ਇੱਕ ਦਿਨ ਲੱਗਦਾ ਸੀ ਕਿ ਮੋਰਚਾ ਥੋੜ੍ਹਾ ਜਿਹਾ ਪਿੱਛੇ ਆ ਪਰ ਚੜ੍ਹਦੀ ਕਲਾ ਦੇ ਵਿੱਚ ਆਪਾਂ ਬੈਠੇ ਹਾਂ ਅਤੇ ਆਪਾਂ ਆਉਣ ਵਾਲੇ ਦਿਨਾਂ ਵਿੱਚ ਜੇ ਇੱਕ ਵਾਰੀ ਹੁਣ ਆਪਾਂ ਫਿਰ ਸਟੈਂਡ ਕਰਕੇ ਜਿਹੜਾ ਸਰਕਲ ਟੁੱਟਾ ਲੱਗਦਾ ਜਦੋਂ ਆਪਾਂ ਸਰਕਲ ਜੋੜ ਲਵਾਂਗੇ ਅਤੇ ਇਹ ਦੇਖੋ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆਊਗਾ ਕਿ ਜਿਵੇਂ ਸਰਕਾਰ ਨੇ ਇੰਨੀਆਂ ਗੰਦੀਆਂ ਹਰਕਤਾਂ ਕੀਤੀਆਂ ਪਿਛਲੇ ਦਿਨ ਆਪ ਸਾਰਿਆਂ ਨੇ ਵੇਖਿਆ ਮੀਡੀਆ ਰਾਹੀਂ ਵੀ ਆਪਣੇ RSS ਦੇ ਗੁੰਡੇ ਭੇਜ ਕੇ ਕਿਸਾਨਾਂ 'ਤੇ ਪਥਰਾਅ ਕੀਤੇ ਗਏ ਹੋਰ ਵੀ ਕਿਤਨਾ ਗਾਜ਼ੀਆਬਾਦ ਵੀ ਜਿਵੇਂ ਉਹਨਾਂ ਹਰਕਤ ਕੀਤੀ ਪਰ ਇਸ ਵਕਤ ਸਰਕਾਰ ਨੇ ਜਦੋਂ ਹੁਣ ਵੇਖਿਆ ਕਿ ਦੁਬਾਰਾ ਮੋਰਚਾ ਫਿਰ ਖੜ੍ਹਾ ਹੋ ਗਿਆ ਅਤੇ ਸਰਕਾਰ ਦੀਆਂ ਲੱਤਾਂ ਕੰਬਲ ਲੱਗ ਪਈਆਂ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਜਿਹੜੇ ਘਰੇ ਬੈਠੇ ਹੋਏ ਨੇ ਉਹ ਇੱਕ ਵਾਰੀ ਜਿਹੜਾ ਸਰਕਲ ਟੁੱਟਾ ਮੈਂ ਸਾਨੂੰ ਮੈਸੇਜ ਆ ਰਿਹਾ ਬਾਰ ਬਾਰ ਕਿ ਕਿਤੇ ਨਾ ਕਿਤੇ ਉਹ ਜਿਹੜਾ ਸਰਕਲ ਫਿਰ ਜੁੜਨ ਜਾ ਰਿਹਾ ਸੌਵਾਂ ਦੀ ਗਿਣਤੀ ਵਿੱਚ ਟਰਾਲੀਆਂ ਆ ਰਹੀਆਂ ਅਸੀਂ ਕੱਲ੍ਹ ਸੁਲਤਾਨਪੁਰ ਵਿਖੇ ਗਿਆ ਸੀ ਸਾਡੇ ਨਾਲ ਉੱਥੋਂ ਵੀ ਜਿਹੜੀ ਜਥੇਬੰਦੀ ਦੇ ਸਿੰਘ ਨੇ ਸਰਦਾਰ ਸੁਖਜਿੰਦਰ ਜੀ ਉਹਨਾਂ ਇੱਕ ਟਰੱਕ ਉੱਥੇ ਭੇਜਿਆ ਪੱਕਾ ਹੀ ਘਰ ਬਣਾ ਕੇ ਔਰ ਇੱਕ ਗੱਡੀ ਸਪੈਸ਼ਲ ਲਾਈ ਆ ਕਿ ਉਹ ਸੰਗਤਾਂ ਨੂੰ ਲੈ ਕੇ ਆਈ ਕਰੂਗੀ ਅਤੇ ਔਰ ਛੱਡ ਕੇ ਜਾਊ ਕਰੂਗੀ ਸੋ ਮੈਂ ਇਹੋ ਜਿਹੀ ਬੇਨਤੀ ਕਰੂੰਗਾ ਕਿ ਇਹਨਾਂ ਤੋਂ ਸਿੱਖਿਆ ਲੈਂਦੇ ਹੋਏ ਤੁਸੀਂ ਨੌਜਵਾਨ ਨੂੰ ਪਿੰਡ ਵਾਸੀਓ ਇੱਕ ਜਿਹੜਾ ਸਰਕਲ ਟੁੱਟਿਆ ਉਹ ਸਰਕਲ ਜੋੜਿਆ ਜਾਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਛ ਨਾ ਜਿੱਥੇ ਸਾਥੋਂ ਵੀ ਕੁਛ ਕਿਤੇ ਨਾ ਕਿਤੇ ਉਸ ਚਾਲ ਨੂੰ ਸਮਝਣ ਨੂੰ ਸਾਨੂੰ ਕਮੀ ਲੱਗੀ ਸਾਡੇ ਵਿੱਚ ਪਰ ਹੁਣ ਅਸੀਂ ਇਸ ਸਰਕਾਰ ਦੀਆਂ ਚਾਲਾਂ ਸਾਰੀਆਂ ਅੱਗੇ ਫੇਲ ਕੀਤੀਆਂ ਨੇ ਅਤੇ ਹੁਣ ਵੀ ਕਰਾਂਗੇ ਅਤੇ ਮੋਰਚਾ ਚੜ੍ਹਦੀ ਕਲਾ ਵਿੱਚ ਰਹੂਗਾ ਔਰ ਜਿੱਤ ਕੇ ਵਾਪਸ ਆਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸੰਯੁਕਤ ਮੋਰਚਾ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਾਡੇ ਕੁਛ ਲੋਕਾਂ 'ਚ ਮਹਿਸੂਸ ਹੋਇਆ ਕਿ ਸ਼ਾਇਦ ਅੰਦੋਲਨ ਮੱਧਮ ਪੈ ਗਿਆ ਪਰ ਜਿਹੜਾ ਲੋਕਾਂ 'ਚ ਜੋਸ਼ ਔਰ ਸਾਰੀਆਂ ਜਥੇਬੰਦੀਆਂ ਨੇ ਅਪੀਲ ਕੀਤੀ ਔਰ ਜੋ ਉਪਰਾਲਾ ਕੀਤਾ ਉਹਦੇ 'ਚ ਸਿੰਘ ਸਾਹਿਬ ਸਾਬਕਾ ਜਥੇਦਾਰ ਯਾਨੀ ਜਸਵੀਰ ਸਿੰਘ ਜੀ ਪਿੰਡ ਰੋਡੇ ਜਿਨ੍ਹਾਂ ਨੇ ਬੜਾ ਵੱਡਾ ਉੱਦਮ ਕੀਤਾ ਸਾਰੇ ਪੰਜਾਬ 'ਚ ਹੋਕਾ ਦਿੱਤਾ ਕਿ ਜਿਹੜਾ ਅੰਦੋਲਨ ਹੈਗਾ ਉਹਨੂੰ ਹੋਰ ਆਪਾਂ ਸਰਗਰਮ ਕਰਨਾ ਸਾਰਿਆਂ ਨੂੰ ਨੌਜਵਾਨਾਂ ਨੂੰ ਸਾਰੇ ਕਿਸਾਨਾਂ ਨੂੰ ਅਤੇ ਉਹਦੇ 'ਚ ਹੋਕਾ ਦੇਣ 'ਤੇ ਸਾਰੇ ਅੱਜ ਪੰਜਾਬ 'ਚੋਂ ਲੋਕ ਜਿਹੜੇ ਹੈਗੇ ਆ ਇਸ ਅੰਦੋਲਨ 'ਚ ਜਾਣ ਲਈ ਇਹਨਾਂ ਦੇ ਜਥੇ ਦੇ ਨਾਲ ਵੱਡੀ ਗਿਣਤੀ 'ਚ ਪੰਜਾਬ 'ਚੋਂ ਤੁਰੇ ਆ ਅਤੇ ਅਸੀਂ ਆਪਣੇ ਵੱਲੋਂ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਇਕੱਲੇ ਪੰਜਾਬ ਦਾ ਨਹੀਂ ਇਕੱਲੇ ਕਿਸਾਨਾਂ ਦਾ ਨਹੀਂ ਗਾ ਇਹ ਹਰ ਵਰਗ ਦੇ ਲੋਕਾਂ ਦਾ ਹਰ ਵਰਗ ਦੇ ਲੋਕਾਂ ਦੀ ਆਪਦੀ ਜਿਹੜੀ
ਸਾਡਾ ਆਉਣ ਵਾਲਾ ਭਵਿੱਖ ਹੈ ਉਹਨੂੰ ਬਚਾਉਣ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਕਰਕੇ ਅਸੀਂ ਸਾਰੇ ਇਹਦੇ ਵਿੱਚ ਯੋਗਦਾਨ ਪਾ ਰਹੇ ਹਾਂ ਔਰ ਮੈਂ ਫਿਰ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ, ਸਾਰੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਉਪਰਾਲਾ ਕਰਦੇ ਹੋਏ ਅਸੀਂ ਆਪਣੇ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ ਪੰਜਾਬ 'ਚ ਫੈਡਰੇਸ਼ਨ ਆਫ ਪਾਰਟੀ ਐਸ਼ਨ ਵੱਲੋਂ ਵੀ ਬਣਦਾ ਯੋਗਦਾਨ ਜਿੱਥੇ ਵੀ ਜਿੰਨੇ ਯੋਗੇ ਅਸੀਂ ਹੈਗੇ ਪੂਰਾ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਲਖਵਿੰਦਰ ਸਿੰਘ ਜੀ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਪ੍ਰਧਾਨ ਨੇ ਅਤੇ ਸ਼ੁਰੂ ਤੋਂ ਲੈ ਕੇ ਦਿੱਲੀ ਵਿੱਚ ਡਟੇ ਹੋਏ ਨੇ, ਮੈਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਸੀ ਪਰ ਮੈਂ ਆਪ ਸੰਗਤਾਂ ਦੇ ਇਸ ਉਤਸ਼ਾਹ ਨੂੰ ਦਰਸਾਉਣ ਲਈ ਦੱਸ ਰਿਹਾ ਕਿ ਭਾਈ ਲਖਵਿੰਦਰ ਸਿੰਘ ਦੀ ਮਾਤਾ ਡਾਇਲਸਿਸ 'ਤੇ ਨੇ, ਹਰ ਤੀਸਰੇ ਦਿਨ ਉਹਨਾਂ ਦਾ ਡਾਇਲਸਿਸ ਹੁੰਦਾ ਪਰ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਉੱਥੇ ਡਟੋ, ਜਿਵੇਂ ਵੀ ਹਾਲਾਤਾਂ ਨਾਲ ਸਾਥੋਂ ਨਜਿੱਠਿਆ ਗਿਆ ਅਸੀਂ ਨਜਿੱਠਾਂਗੇ, ਪੂਰੀ ਤਨਦੇਹ ਦੇ ਨਾਲ ਲੱਗੇ ਹੋਏ ਨੇ। ਅਸੀਂ 28 ਤਰੀਕ ਨੂੰ ਰਾਤ ਨੂੰ ਇੱਥੇ 12 ਕੁ ਵਜੇ ਪਹੁੰਚੇ ਸੀ ਪੰਜਾਬ, ਭਾਈ ਕਿਰਪਾ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਮੈਂ, ਮੇਰੇ ਨਾਲ ਕੁਝ ਹੋਰ ਸਾਥੀ, ਅਤੇ ਜਿਹੜਾ ਇਹ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੂਫਾਨੀ ਦੌਰਾ ਕੀਤਾ ਉਹਦੇ ਵਿੱਚ ਭਾਈ ਲਖਵਿੰਦਰ ਸਿੰਘ ਨੇ, ਭਾਈ ਕਿਰਪਾ ਸਿੰਘ ਨੇ ਦਿਨ ਰਾਤ ਇੱਕ ਕਰਕੇ ਆਹ ਸੈਂਕੜੇ ਗੱਡੀਆਂ ਦਾ ਕਾਫਲਾ ਤੋਰਨ ਵਾਸਤੇ ਉਪਰਾਲਾ ਕੀਤਾ। ਮੈਂ ਭਾਈ ਲਖਵਿੰਦਰ ਸਿੰਘ ਨੂੰ ਕਹੂੰਗਾ ਕਿ 2 ਮਿੰਟ ਵਾਸਤੇ ਉਹ ਵੀ ਸੰਗਤਾਂ ਨੂੰ ਸੰਬੋਧਨ ਹੋਣ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਜੋ ਕਿ ਬਹੁਤ ਹੀ ਚੜ੍ਹਦੀ ਕਲਾ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ, ਪਿਛਲੇ 2 ਮਹੀਨੇ ਤੋਂ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਅਤੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਇਹਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾ ਰਹੇ ਆ। ਸੋ ਪਿਛਲੇ ਸਮੇਂ ਦੌਰਾਨ 26 ਤਰੀਕ ਨੂੰ ਜਿਹੜੀ ਇੱਕ ਘਟਨਾ ਹੋਈ ਸੀ ਉਹਦਾ ਕਰਕੇ ਲੋਕਾਂ ਦੇ ਵਿੱਚ ਰੋਸ, ਥੋੜ੍ਹਾ ਜਿਹਾ ਨਾਰਾਜ਼ਗੀ ਜ਼ਾਹਰ ਹੋਈ ਸੀ ਕਿਉਂਕਿ ਲੋਕ ਇਸ ਅੰਦੋਲਨ ਨਾਲ ਦਿਲੋਂ ਜੁੜ ਚੁੱਕੇ ਆ। ਸੋ ਸਮੇਂ ਸਮੇਂ 'ਤੇ ਉਤਰਾਅ ਚੜ੍ਹਾਅ ਆਉਂਦੇ ਆ ਅਤੇ ਅੱਜ ਜਿਹੜਾ ਇੱਕ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ 26 ਤਰੀਕ ਤੱਕ ਜਿਹੜਾ ਕਿਸਾਨਾਂ ਨੇ ਬਹੁਤ ਜ਼ੋਰ ਲਾ ਕੇ ਪੰਜਾਬ ਦੇ ਪਿੰਡ ਪਿੰਡ ਤੋਂ ਟਰੈਕਟਰ ਲੈ ਕੇ ਜਿਹੜੇ ਪਹੁੰਚੇ ਸੀਗੇ। ਸੋ ਅੱਜ ਅਸੀਂ ਜਿਹੜਾ ਪੰਜਾਬ ਦੇ ਵਿੱਚੋਂ ਕਾਫਲੇ ਲੈ ਕੇ ਜਾ ਰਹੇ ਹਾਂ ਦਿੱਲੀ ਵੱਲ, ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪਿੰਡ ਦੇ ਵਿੱਚੋਂ ਨੌਜਵਾਨ ਬਜ਼ੁਰਗ ਜਿਹੜੇ ਫਿਰ ਦੁਬਾਰਾ ਹਫ਼ਤਾ 5 ਦਿਨ ਟਾਈਮ ਕੱਢ ਕੇ ਉਸ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ। ਸੋ ਫਿਰ ਦੁਬਾਰਾ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਜਿਹੜਾ ਆਪ ਦੇਖ ਸਕਦੇ ਹੋ। ਨੌਜਵਾਨ ਲੱਖਾਂ ਦਾ ਜਿਹੜਾ ਮੋਟਰਸਾਈਕਲਾਂ ਦੇ ਕਾਫਲੇ ਲੈ ਕੇ, ਟਰੈਕਟਰਾਂ ਦੇ ਲੈ ਕੇ, ਗੱਡੀਆਂ ਦੇ ਲੈ ਕੇ ਪਹੁੰਚ ਰਹੇ ਆ। ਸੋ ਜਿਹੜੇ ਨੌਜਵਾਨਾਂ 'ਤੇ ਪਿਛਲੇ ਸਮੇਂ ਦੌਰਾਨ 26 ਤਰੀਕ ਨੂੰ ਕੋਈ ਪਰਚੇ ਦਰਜ ਹੋਏ ਆ, ਕੁਛ ਨੌਜਵਾਨਾਂ ਦਾ ਪਤਾ ਨਹੀਂ ਲੱਗ ਰਿਹਾ, ਅਸੀਂ ਸਿੰਘ ਸਾਹਿਬ ਜੀਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਾਡਾ ਜਥੇਬੰਦੀ ਜਿਹੜੀ ਆ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਕਰੂਗੀ। ਅਤੇ ਇੱਕ ਨੌਜਵਾਨ ਜਿਹੜਾ ਰਣਜੀਤ ਸਿੰਘ ਹੈ ਜਿਹਦੇ ਨਾਲ ਉੱਥੋਂ ਦੀ ਦਿੱਲੀ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਆ, ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਡਟ ਕੇ ਉਹਨਾਂ ਨੌਜਵਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੀ ਕੇਸਾਂ ਦੀ ਪੈਰਵਾਈ ਕਰਾਂਗੇ। ਆਉਣ ਵਾਲੇ ਸਮੇਂ 'ਚ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜੋ ਵੀ ਜਥੇਬੰਦੀ ਵੱਲੋਂ ਵੱਧ ਤੋਂ ਵੱਧ ਅਸੀਂ ਉਹਨਾਂ ਨੌਜਵਾਨਾਂ ਦੇ ਸਹਿਯੋਗ ਲਈ ਕਰ ਸਕੇ ਉਹ ਦ੍ਰਿੜਤਾ ਨਾਲ ਅਸੀਂ ਉਹਨਾਂ ਦੇ ਨਾਲ ਖੜ੍ਹ ਕੇ ਉਹਨਾਂ ਦੀ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਹਾਲਾਤ ਦੀਆਂ ਘੜੀਆਂ ਵਿੱਚੋਂ ਨਿਕਲ ਰਹੇ ਹਾਂ ਉਹਦੇ ਬਾਰੇ ਤੁਹਾਨੂੰ ਤਿੰਨਾਂ ਹੀ ਵੀਰਾਂ ਨੇ ਪਹਿਲਾਂ ਦੱਸ ਦਿੱਤਾ ਹੈ। ਅਸੀਂ 28 ਤਰੀਕ ਨੂੰ ਆਏ ਸੀ, ਅੱਜ 31 ਜਨਵਰੀ ਨੂੰ ਅਸੀਂ ਵਾਪਸ ਦਿੱਲੀ ਜਾ ਰਹੇ ਹਾਂ ਅਤੇ ਸੈਂਕੜੇ ਗੱਡੀਆਂ ਦਾ ਕਾਫਲਾ ਸਾਡੇ ਨਾਲ ਹੈ, ਉਹ ਵੀ ਤੁਹਾਨੂੰ ਵਿਖਾਵਾਂਗੇ ਕਿ ਕਿਵੇਂ ਉਤਸ਼ਾਹ ਦੇ ਨਾਲ ਕੇਸਰੀ ਨਿਸ਼ਾਨ ਚਲਾ ਕੇ, ਕਿਸਾਨਾਂ ਦੇ ਝੰਡੇ ਲਾ ਕੇ ਨਾਲ ਸੰਗਤਾਂ ਚੱਲ ਰਹੀਆਂ। ਹਲੇ ਸਰਹੰਦ ਤੋਂ, ਰਾਜਪੁਰੇ ਤੋਂ, ਖੰਨੇ ਤੋਂ ਹੋਰ ਵੀ ਸੰਗਤਾਂ ਮਿਲਣੀਆਂ। ਅਸੀਂ ਇਸ ਵੇਲੇ ਲੁਧਿਆਣਾ ਅਤੇ ਖੰਨੇ ਦੇ ਵਿਚਕਾਰ ਖੜ੍ਹੇ ਹਾਂ, ਇੱਥੋਂ ਅਸੀਂ ਹੁਣ ਚਾਲੇ ਪਾਉਣੇ ਦਿੱਲੀ ਨੂੰ। ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਜੋ ਪਿਛਲੇ 5 ਮਹੀਨੇ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਅਤੇ ਖਾਸ ਕਰਕੇ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਜੋ ਦਿੱਲੀ ਦੀਆਂ 4 ਸਪੇਰੇ ਬਾਰਡਰਾਂ ਦੇ ਉੱਪਰ ਹਾਈਵੇ ਰੋਕੇ ਹੋਏ ਹਨ, ਸੰਗਤਾਂ ਬੜੇ ਉਤਸ਼ਾਹ ਦੇ ਨਾਲ ਡਟੀਆਂ ਹੋਈਆਂ ਹਨ। ਤੁਸੀਂ ਦੇਖਿਆ ਚਲਦੀਆਂ ਬਰਸਾਤਾਂ ਦੇ ਵਿੱਚ, ਚਲਦੀਆਂ ਠੰਡੀਆਂ ਹਵਾਵਾਂ ਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ, ਛੋਟੇ ਛੋਟੇ ਬੱਚੇ, ਸਾਡੇ ਬਜ਼ੁਰਗ ਕਿਵੇਂ ਡਟੇ ਰਹੇ ਅਤੇ ਨੌਜਵਾਨ ਉਹਨਾਂ ਦੀ ਸੇਵਾ ਵਿੱਚ ਲੱਗੇ ਰਹੇ। ਅਸੀਂ ਆਪ ਉੱਥੇ ਜਾ ਕੇ ਦੇਖਿਆ ਕਿ ਕਿੰਨੇ ਉਤਸ਼ਾਹ ਨਾਲ, ਸਬਰ ਨਾਲ, ਸੰਤੋਖ ਨਾਲ ਇਹ ਸੰਗਤਾਂ ਡਟੀਆਂ ਹੋਈਆਂ ਸਨ। ਸੋ ਜੋ
26 तरीक का 26 जनवरी का ट्रैक्टर परेड रखी गई सी, उहदा बड़ा हो हल्ला खड़ा किया गया। जदों कोई गल कोई नहीं है एडे वड्डे जन समूह दे विच्चों इन्नियां छोटियां छोटियां घटनावां होणा सुभाविक है, ये कोई गल नहीं है। जां तां दसो कि 26 तो पहला कोई मीटिंग नहीं हुई सी, संगत दीआं जिहड़ियां चुणियां होईआं जत्थेबंदियां दे आगू है उहनां दीआं 12 मीटिंगां गौरमेंट नाल होईआं। उदों पहला तां कोई 26 नहीं सी, कोई 26 जनवरी नहीं लंघी, उदों क्यों नहीं मसला हल किया। सो इस करके ये गल कह देनी कि हुण हालात विगड़ गए ने, ते हुण जिहड़ा है लाल किले ते केसरी निशान साहब चलाता तां नहीं गल करनी, ये सब बिना मतलब तो ही गल्लां घड़ियां जा रही हैं। तो मैं ये भी गल कहना चाहना है कि बड़ी वड्डी पद्धर ते नौजवानों ने बड़ी शांति दे नाल देखो जिहड़े इहदे पॉजिटिव पक्ष ने उह जिहड़ी गौरमेंट है कुछ ही साजिश दे नाल पासे रख रही है। नौजवानों ने कोई दुकान नहीं तोड़ी, कोई लुटपट नहीं की, किसी नूं डंडा नहीं मारिया, कोई रास्ता नहीं रोकिया, बाजारां दे विच जाके कोई हुलड़बाजी नहीं की, इन्नी शांति दे नाल सारा कुछ उत्थों दी गुजर रहा सी। ते जे छोट-पुट घटनावां होईआं वी हैं तो उन्हां नूं अणदेखिया करना चाहीदा सी, बजाए इस दे कि उन्हूं हा होला खड़ा करके वावेला खड़ा कर देण, ये सरकारां दे काम नहीं हुंदे। सो उस तों बाद जो कुछ संगतां दे विच वापरिया वह कोई बहुत वड्डी गल नहीं, क्योंकि बहुत सारिया असी 2 महीने तो उत्थे ही बैठे हाँ, संगतां कुछ 20 दिन तो डटिया हुई सन कि असी 26 जनवरी वेख के ही जाना है, तो कुछ विशेष तौर पर इतों ट्रैक्टर लखा की गिनती स्पैशल ट्रैक्टर परेड वास्ते ही गए सन, तो उन्होंने सुभाविक है कि उन्हें वापस परतना ही सी, जो जाने वास्ते लाइना लगनिया सी तो आने वास्ते भी लाइना ही लगनिया सन। मीडिया से ऐं दिखाया गया कि यह मोर्चा खाली हो गया, हुण पिंड खाली ने, संगत वापस चली गई है, ऐसी कोई गल नहीं। इसे मुख रख के ही जिहड़ा गाजीपुर बार्डर है उन्हों खदेड़न की कोशिश की, उत्थे जिहड़ा रकेश टिकैत जिहड़ा किसानां दा बहुत उघा आगू है उन्हें मोर्चा संभालिया, असी उहदा पूरे सिख पंथ वल्लों धन्नवाद भी करदे हां कि उन्होंने अपनी जान ते खेड के उस मोर्चे नूं फिर बरकरार ही नहीं रखिया, उस नवीं जान फूकी है। सो यूपी दे सारे सिख सारे किसान गैर सिख भी उत्थे पहुँच के मोर्चे वेनूं बहुत वड्डा उत्साह दिता है। जो हुण जिहड़ी हालात ने उह इह ने कि जिवें सैकड़ां दे कारां दे जीपां दे गड्डियां दे काफले साडे नाल जा रहे ने, तुहानूं दिखावांगे सड़क ते ट्रालियां किवें वापस दिल्ली नूं जा रहीआं। सो इस वास्ते इह हालात नॉर्मल सीगे, नॉर्मल वे दे विच संगतां वापस मुड़ियां सी, बल्कि एक तरह का जिवें महाराज ने बाणी विच सानूं फरमाया ना, जब है बाण लागिओ तब है रोस जागिओ, इह इक सानूं तीर मारिया गया सी कि तुहाडा पिंड खाली है हुण की कर लोगे। इस नूं संगत ने गंभीरता नाल लिया कि हुण जिलों तो वख-वख जिलों तो सैकड़ों की गिनती विच ट्रालियां वापस दिल्ली नूं परत रहीआं। इस करके मेरी सारे पंजाब वासियों नूं बेनती है कि जिवें होर स्टेटां दे लोक चढ़दी कला दे विच मोर्चे विच परत रहे हैं, सानूं भी आपो अपनी ड्यूटी पहलां दी तरह संभालनी चाहीदी है, तां कि जिहड़े काले कानून खेती दे संबंध विच गौरमेंट ने पास कीते है इन्हां ते सिख किसानां अते किसान समुचियां सिख किसान जथेबंदियां ये ते निरना चढ़दी कला दा लै सकन, इन्हां दी जित प्राप्त हो सके, केस वापस ले जाण। जो एक टारगेट रख के संगतां ने शांतमई संघर्ष चलाया उहनूं आपां उसे तरह ही, क्योंकि जो आगू होंदे आ उहनां दीआं बड़ियां जिम्मेवारियां होंदियां, उहनां ने जिम्मेवारियां निभाउणियां, आपां उहनां दा साथ देणा, साडी जिहड़ी एकता है साडा मिलवरतन है इतफाक है ये साडी शक्ति आ। जिवें मेरे वीर लखविंदर ने कहा है, लखविंदर सिंह ने दस्सिया कि इस तरह कुछ बंदियां ते तशद्दुद होया, कुछ मोगे दे बठिंडे दे बंदे लापता कर दिते गए सन, हले हो सकता होर भी होण। सो असी समुची पैरवी करांगे, जिवें एक नौजवान नवनीत सिंह यूपी तो जिहड़ा कि शहीद हो चुका है, 26 तरीक नूं शहीद हो गया सी, असी 4 तरीक नूं पैण वाले भोग ते समुची साडी जत्थेबंदी वल्लों नुमाइंदे उस भोग विच शामिल होणगे, उहनूं श्रद्धांजलि भेट करनगे, और बाकी जिहड़ियां 31 जत्थेबंदियां है उहनां नूं भी अपील है कि सानूं उस नौजवान की शहादत नूं अणगौलिया नहीं करना चाहीदा, क्योंकि गौरमेंटां ने एक नहीं एक नवनीत सिंह नहीं पता नहीं किन्नियां दे कतल होने सन, पर उन्हें अपनी तनदेही दे नाल जो सिख किसानां दे मोर्चे नूं संभालदिआं होइआं सेवा कीती है उस सेवा नूं साडा प्रणाम है।
ਉਹਦਾ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਪਰਿਵਾਰ ਨਾਲ ਖੜ੍ਹੇ ਹਾਂ ਔਰ ਜਾਵਾਂਗੇ ਉੱਥੇ। ਜਿਹੜਾ ਭਾਈ ਰਣਜੀਤ ਸਿੰਘ 'ਤੇ ਤਸ਼ੱਦਦ ਕੀਤਾ ਗਿਆ, ਸਿਰ 'ਤੇ ਸੱਟਾਂ ਮਾਰੀਆਂ ਗਈਆਂ, ਇਹ ਪੁਲਿਸ ਦਾ ਕੰਮ ਨਹੀਂ ਹੁੰਦਾ। ਜਦੋਂ ਬੰਦਾ ਕਸਟੱਡੀ ਵਿੱਚ ਲੈ ਲਓ ਤਾਂ ਉਹਨੂੰ ਉਹਦੇ 'ਤੇ ਜੁਡੀਸ਼ਲੀ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਤਸ਼ੱਦਦ ਦੀ ਕਾਰਵਾਈ ਹੋਣੀ ਚਾਹੀਦੀ ਹੈ। ਕਿਵੇਂ ਉਹਦੇ 'ਤੇ ਤਸ਼ੱਦਦ ਕੀਤਾ ਗਿਆ, ਕੱਲ੍ਹ ਹੀ ਅਸੀਂ ਹੁਣ ਮਿਲਣ ਦਾ ਯਤਨ ਕਰਾਂਗੇ। ਬਾਕੀ ਵੀ ਜਿਹੜੇ ਸਿੰਘ ਜੇਲ੍ਹਾਂ ਵਿੱਚ ਸਿੱਟੇ ਗਏ ਨੇ ਉਹਨਾਂ ਦੀ ਪੂਰੀ ਪੂਰੀ ਪੈਰਵਾਈ ਕਰਾਂਗੇ ਔਰ ਉਹਨਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਾਉਣ ਦਾ ਪੂਰਾ ਯਤਨ ਕਰਾਂਗੇ। ਜੋ ਵੀ ਉਹਨਾਂ ਦੀ ਮਦਦ ਬਣਦੀ ਹੋ ਸਕੀ ਸਾਡੇ ਕੋਲ ਵੱਧ ਤੋਂ ਵੱਧ ਮਦਦ ਕਰਾਂਗੇ, ਕਿਉਂਕਿ ਉਹ ਸੰਘਰਸ਼ ਦੇ ਯੋਧੇ ਹੈ। ਅਖੀਰ ਵਿੱਚ ਮੈਂ ਕਹਿਣਾ ਚਾਹੂੰ ਕਿ ਸਾਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਿਲਵਰਤਨ ਕਰਕੇ ਪੂਰੀ ਸ਼ਾਂਤਮਈ ਢੰਗ ਨਾਲ ਆਪਸੀ ਇਤਫਾਕ ਦੇ ਨਾਲ ਚੱਲਣਾ ਚਾਹੀਦਾ। ਛੋਟੀਆਂ ਮੋਟੀਆਂ ਗੱਲਾਂ ਹੋਣ ਤਾਂ ਉਹਨਾਂ ਨੂੰ ਅੰਗੌਲਿਆਂ ਕਰਕੇ ਪਹਿਲਾਂ ਉਹਨਾਂ ਆਗੂਆਂ ਨਾਲ ਬੈਠ ਕੇ ਉਹਨਾਂ ਨਾਲ ਵਿਚਾਰ ਕਰਕੇ ਗੰਭੀਰਤਾ ਦੇ ਨਾਲ ਵਿਚਾਰ ਲੈਣੀ ਚਾਹੀਦੀ ਗੱਲ ਕਿ ਇਹਦਾ ਕੀ ਮਤਲਬ ਹੈ, ਕਿਉਂ ਇਹ ਗੱਲ ਕਹੀ ਗਈ। ਕਿਉਂਕਿ ਹਰ ਇੱਕ ਮਨੁੱਖ ਹੈ, ਮਨੁੱਖ ਤੋਂ ਬੋਲਦਿਆਂ ਕਈ ਵਾਰ ਗਲਤੀਆਂ ਵੀ ਹੋ ਜਾਂਦੀਆਂ, ਪਰ ਜੇ ਉਹਨੂੰ ਕਹੋ ਕਿ ਇਹ ਕਿਸਾਨਾਂ ਦੇ ਉਲਟ ਹੈ, ਇਹ ਨੌਜਵਾਨਾਂ ਦੇ ਉਲਟ ਹੈ, ਸੰਘਰਸ਼ ਦੇ ਉਲਟ ਹੈ, ਇਹ ਸਾਡੇ ਫੈਸਲੇ ਦੇ ਉਲਟ ਹੈ, ਇਹੋ ਜਿਹੀਆਂ ਅਫਵਾਹਾਂ ਮੀਡੀਆ ਵਿੱਚ ਫੈਲਾ ਦਿੱਤੀਆਂ ਜਾਂਦੀਆਂ ਜਿਹਦੇ ਕਰਕੇ ਬਦਬਣੀ ਫੈਲਦੀ ਹੈ। ਪਰ ਸਾਨੂੰ ਗੰਭੀਰਤਾ ਦੇ ਨਾਲ ਸਾਰੀਆਂ ਗੱਲਾਂ ਸੋਚ ਕੇ ਅੱਗੇ ਵਧਣਾ ਚਾਹੀਦਾ। ਜਿੱਤ ਜ਼ਰੂਰ ਸਾਡੀ ਹੋਵੇਗੀ, ਪਰ ਆਪਣੀ ਏਕਤਾ, ਇਤਫਾਕ, ਆਪਣਾ ਮਿਲਵਰਤਨ, ਆਪਣੀ ਚੜ੍ਹਦੀ ਕਲਾ, ਨਾਮ ਬਾਣੀ ਦਾ ਆਸਰਾ ਰੱਖੋ, ਗੁਰੂ 'ਤੇ ਭਰੋਸਾ ਰੱਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਜਿੱਤ ਕਰਾਉਣੀ ਹੈ, ਜਿੱਤ ਲਾਜ਼ਮੀ ਯਕੀਨੀ ਹੈ। ਪਰ ਆਪਾਂ ਜਿੰਨਾ ਗੁਰੂ 'ਤੇ ਭਰੋਸਾ ਰੱਖ ਕੇ ਚੱਲਾਂਗੇ ਉਨੀ ਚੜ੍ਹਦੀ ਕਲਾ ਹੋਵੇਗੀ। ਅੱਜ ਜਿਹੜੀਆਂ ਗੱਡੀਆਂ ਸਾਡੇ ਨਾਲ ਜਾ ਰਹੀਆਂ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਬਹੁਤ ਜਲਦੀ ਆਏ ਸੀ, 26 ਤਰੀਕ ਤੋਂ ਬਾਅਦ ਹੀ ਆਏ ਸੀ, ਪਰ ਸਾਡੀ ਬੇਨਤੀ ਮੰਨ ਕੇ ਫਿਰ ਸਾਡੇ ਕਾਫਲੇ ਨਾਲ ਤੁਰੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।